ਸਤਿ ਸ਼੍ਰੀ ਅਕਾਲ ਜੀ, ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਕੌਰ ਗਿੱਲ। ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ ਤੇ। ਸੂਰਜ ਗ੍ਰਹਿਣ ਲੱਗਣ ਤੋਂ ਬਾਅਦ ਲੋਕਾਂ ਦੀਆਂ ਅੱਖਾਂ ਦਾ ਹੋਇਆ ਵੱਡਾ ਨੁਕਸਾਨ। ਓਨਟਾਰੀਓ ਤੋਂ 115 ਤੋਂ ਵੱਧ ਮਾਮਲੇ ਆਏ ਸਾਹਮਣੇ। ਕੈਲਗਰੀ 'ਚ ਨੌਜਵਾਨ ਪੰਜਾਬੀ ਲੜਕੀ ਦਾ ਹੋਇਆ ਕਤਲ। ਮੁਲਜ਼ਮ ਦੀ ਭਾਲ ਦੇ ਵਿੱਚ ਡਿਊਟੀ ਕੈਲਗਰੀ ਪੁਲਿਸ। ਅਗਲੇ ਹਫ਼ਤੇ ਮੁੜ ਖੁੱਲ੍ਹੇਗੀ ਓਨਟਾਰੀਓ ਦੀ ਆਰਟ ਗੈਲਰੀ। ਹੜਤਾਲ ਤੋਂ ਬਾਅਦ ਦੁਬਾਰਾ ਖੁੱਲ੍ਹਣ ਜਾ ਰਹੀ ਹੈ ਆਰਟ ਗੈਲਰੀ। ਫੈਡਰਲ ਸਰਕਾਰ ਨੇ ਫਾਰਮਾਕੇਅਰ ਬਿੱਲ ਕੀਤਾ ਪੇਸ਼। ਕਵਰੇਜ ਕਰਨ ਲਈ $1.5 ਬਿਲੀਅਨ ਰੱਖੇ ਰਾਖਵੇਂ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਬੀਤੇ ਦਿਨੀ ਕਿਊਬੈਕ ਤੋਂ ਅੱਖਾਂ ਦੇ ਨੁਕਸਾਨ ਦੇ 40 ਮਾਮਲੇ ਸਾਹਮਣੇ ਆਏ ਸਨ ਤੇ ਹੁਣ 115 ਤੋਂ ਵੱਧ ਮਾਮਲੇ ਸਾਹਮਣੇ ਆਏ ਨੇ। ਦਰਅਸਲ ਸੂਰਜ ਗ੍ਰਹਿਣ ਲੱਗਣ ਤੋਂ ਬਾਅਦ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਨੇ ਕਿ ਓਨਟਾਰੀਓ ਵਿੱਚ ਸੈਂਕੜੇ ਲੋਕਾਂ ਦੀਆਂ ਅੱਖਾਂ ਨੂੰ ਨੁਕਸਾਨ ਪਹੁੰਚਿਆ ਹੈ। ਕੈਨੇਡਾ ਦੇ ਓਨਟਾਰੀਓ ਸੂਬੇ ਦੇ ਅੱਖਾਂ ਦੇ ਡਾਕਟਰਾਂ ਦੇ ਅਨੁਸਾਰ ਇਸ ਮਹੀਨੇ ਦੀ ਸ਼ੁਰੂਆਤ 'ਚ ਸੂਬੇ 'ਚ ਸੂਰਜ ਗ੍ਰਹਿਣ ਦੇਖਣ ਵਾਲੇ 115 ਤੋਂ ਵੱਧ ਲੋਕਾਂ ਦੀਆਂ ਅੱਖਾਂ ਨੂੰ ਘਟਨਾ ਤੋਂ ਬਾਅਦ ਨੁਕਸਾਨ ਹੋਇਆ ਸੀ। ਓਨਟਾਰੀਓ ਐਸੋਸੀਏਸ਼ਨ ਆਫ ਆਪਟੋਮੈਟ੍ਰਿਸਟਸ ਦਾ ਕਹਿਣਾ ਹੈ ਕਿ ਉਹਨਾਂ ਨੂੰ 8 ਅਪ੍ਰੈਲ ਤੋਂ ਲੈ ਕੇ ਹੁਣ ਤੱਕ ਅੱਖਾਂ ਦੀਆਂ ਜਟਿਲਤਾਵਾਂ ਦੇ 118 ਕੇਸ ਪ੍ਰਾਪਤ ਹੋਏ ਨੇ। ਓਏਓ ਨੇ ਸੀਟੀਵੀ ਨਿਊਜ਼ ਟੋਰਾਂਟੋ ਨੂੰ ਦਿੱਤੇ ਇੱਕ ਬਿਆਨ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦਾ ਕਹਿਣਾ ਸੀ ਕਿ ਕੌਰਨੀਆ ਦੀ ਸੋਜਿਸ਼, ਸੁੱਕੀਆਂ ਅੱਖਾਂ ਅਤੇ ਸੋਲਰ ਰੈਟੀਨੋਪੈਥੀ ਰਿਪੋਰਟ ਕੀਤੀਆਂ ਗਈਆਂ ਸਥਿਤੀਆਂ ਦੇ ਵਿੱਚੋਂ ਇੱਕ ਨੇ। ਇੱਕ ਬੁਲਾਰੇ ਦਾ ਤਾਂ ਇਹ ਵੀ ਕਹਿਣਾ ਸੀ ਕਿ ਜਦੋਂ ਕੌਰਨੀਆ ਦੀ ਸੋਜਿਸ਼ ਆਮ ਤੌਰ 'ਤੇ ਕੁਝ ਦਿਨਾਂ ਦੇ ਅੰਦਰ ਠੀਕ ਹੋ ਜਾਂਦੀ ਹੈ, ਸੋਲਰ ਰੈਟੀਨੋਪੈਥੀ ਬਹੁਤ ਜ਼ਿਆਦਾ ਮਾਮਲਿਆਂ 'ਚ ਸਥਾਈ ਤੌਰ 'ਤੇ ਨਜ਼ਰ ਦਾ ਨੁਕਸਾਨ ਕਰ ਸਕਦੀ ਹੈ। ਓਏਓ ਨੇ ਕਿਹਾ ਕਿ ਮਾਮਲਿਆਂ ਦੀ ਗੰਭੀਰਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਰੈਟੀਨਾ ਦਾ ਕਿਹੜਾ ਹਿੱਸਾ ਪ੍ਰਭਾਵਿਤ ਹੁੰਦਾ ਹੈ ਅਤੇ ਮਰੀਜ਼ ਕਿੰਨੀ ਦੇਰ ਤੱਕ ਸੂਰਜ ਵੱਲ ਵੇਖ ਰਹੇ ਨੇ। ਸਿਹਤ ਦੇ ਸਰਕਾਰੀ ਅਧਿਕਾਰੀਆਂ ਨੇ ਗ੍ਰਹਿਣ ਦੌਰਾਨ ਸੂਰਜ ਨੂੰ ਸਿੱਧਾ ਵੇਖਣ ਦੇ ਖਤਰਿਆਂ ਬਾਰੇ ਚੇਤਾਵਨੀ ਦਿੱਤੀ ਸੀ। ਜਿਨ੍ਹਾਂ ਲੋਕਾਂ ਨੇ ਭਾਗ ਲਿਆ ਉਹਨਾਂ ਨੂੰ ਅੱਖਾਂ ਦੇ ਨੁਕਸਾਨ ਨੂੰ ਰੋਕਣ ਲਈ ਪ੍ਰਮਾਣਿਤ ਗ੍ਰਹਿਣ ਵੇਖਣ ਵਾਲੀਆਂ ਐਨਕਾਂ ਪਹਿਨਣ ਦੀ ਵੀ ਸਲਾਹ ਦਿੱਤੀ ਗਈ ਸੀ। ਓਏਓ ਨੇ ਕਿਹਾ ਕਿ ਕੇਸ ਸੂਬੇ ਦੇ ਕਿਸੇ ਇੱਕ ਹਿੱਸੇ 'ਚ ਕੇਂਦਰਿਤ ਨਹੀਂ ਸਨ ਅਤੇ ਵਿੰਡਸਰ ਤੋਂ ਓਟਵਾ ਤੱਕ ਸਨ। ਦੱਸ ਦਈਏ ਕਿ 8 ਅਪ੍ਰੈਲ ਨੂੰ ਕੈਨੇਡਾ ਦੇ ਕੁਝ ਹਿੱਸਿਆਂ ਦੇ ਵਿੱਚ ਪੂਰਨ ਤਰੀਕੇ ਦੇ ਨਾਲ ਸੂਰਜ ਗ੍ਰਹਿਣ ਲੱਗਾ ਸੀ ਅਤੇ ਇਹ ਸੂਰਜ ਗ੍ਰਹਿਣ ਬਹੁਤ ਪ੍ਰਭਾਵੀ ਦੱਸਿਆ ਜਾ ਰਿਹਾ ਸੀ। ਲੋਕਾਂ ਨੂੰ ਆਪਣੀਆਂ ਅੱਖਾਂ ਦਾ ਬਚਾਅ ਕਰਨ ਦੀਆਂ ਵੀ ਹਦਾਇਤਾਂ ਦਿੱਤੀਆਂ ਗਈਆਂ ਸਨ। ਸਕੂਲ ਬੰਦ ਕਰ ਦਿੱਤੇ ਗਏ ਸਨ ਅਤੇ ਕੁਝ ਸਕੂਲਾਂ ਵਿੱਚ ਛੇਤੀ ਛੁੱਟੀ ਕਰ ਦਿੱਤੀ ਗਈ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਕਈ ਥਾਵਾਂ 'ਤੇ ਸੂਰਜ ਗ੍ਰਹਿਣ ਵੇਖਣ ਵਾਸਤੇ ਇਵੈਂਟ ਦਾ ਆਯੋਜਨ ਵੀ ਕੀਤਾ ਗਿਆ ਸੀ। ਅਜਿਹੇ ਵਿੱਚ ਸੂਰਜ ਗ੍ਰਹਿਣ ਤੋਂ ਬਾਅਦ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਅੱਖਾਂ ਦੇ ਨੁਕਸਾਨ ਦੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਨੇ। ਇਸ ਤੋਂ ਪਹਿਲਾਂ ਕਿਊਬਿਕ ਤੋਂ 40 ਅਜਿਹੇ ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਦੇ ਵਿੱਚ ਲੋਕਾਂ ਦੀਆਂ ਅੱਖਾਂ ਨੂੰ ਨੁਕਸਾਨ ਹੋਇਆ ਹੈ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲੇ ਹੋਰ ਜ਼ਿਆਦਾ ਵਧਣ ਦੀ ਉਮੀਦ ਕੀਤੀ ਜਾ ਰਹੀ ਹੈ। ਫਿਲਹਾਲ ਇਹ ਮਾਮਲੇ ਕਿੱਥੋਂ ਤੱਕ ਜਾ ਸਕਦੇ ਨੇ ਇਸ ਬਾਰੇ ਕੁਝ ਵੀ ਨਹੀਂ ਕਿਹਾ ਗਿਆ ਅਤੇ ਮੌਜੂਦਾ ਹਾਲਾਤਾਂ ਬਾਰੇ ਜਾਣਕਾਰੀ ਹੀ ਸਾਂਝੀ ਕੀਤੀ ਗਈ ਹੈ। ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਮਾਮਲਿਆਂ ਦੀ ਗਿਣਤੀ ਕਿੰਨੀ ਕੁ ਵੱਧਦੀ ਨਜ਼ਰ ਆਵੇਗੀ। ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਉੱਤਰ ਪੂਰਬੀ ਕੈਲਗਰੀ ਦੇ ਵਿੱਚ ਨੌਜਵਾਨ ਪੰਜਾਬਣ ਮੁਟਿਆਰ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਲਾਸ਼ ਬਰਾਮਦ ਹੋਈ ਹੈ। ਪੁਲਿਸ ਨੇ ਨੌਜਵਾਨ ਲੜਕੀ ਦੀ ਮੌਤ ਤੋਂ ਬਾਅਦ ਕਤਲ ਦਾ ਸ਼ੱਕ ਜ਼ਾਹਿਰ ਕੀਤਾ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰਾ ਵੀ ਵਸਿਆ ਹੋਇਆ ਹੈ। ਬੀਤੇ ਵੀਕੈਂਡ ਕੈਲਗਰੀ ਦੇ ਨੌਰਥ ਈਸਟ ਇਲਾਕੇ ਵਿੱਚ ਕਤਲ ਕੀਤੀ ਗਈ ਲੜਕੀ ਦੀ ਪਛਾਣ ਹੋ ਗਈ ਹੈ।
ਪੁਲਿਸ ਅਨੁਸਾਰ ਮ੍ਰਿਤਕ ਦਾ ਨਾਮ ਮਨਪ੍ਰੀਤ ਕੌਰ ਹੈ ਤੇ ਉਸਦੀ ਉਮਰ 25 ਸਾਲ ਦੱਸੀ ਗਈ ਹੈ। ਮੰਗਲਵਾਰ ਨੂੰ ਮੁੱਖ ਮੈਡੀਕਲ ਨਿਰੀਖਣ ਵੱਲੋਂ ਕੀਤੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਪਛਾਣ ਨਿਸ਼ਚਿਤ ਕੀਤੀ ਗਈ ਹੈ। 21 ਅਪ੍ਰੈਲ ਨੂੰ ਸਵੇਰੇ ਕਰੀਬ 9:20 ਤੇ ਪੁਲਿਸ ਨੂੰ ਨੌਰਥ ਈਸਟ ਦੇ ਰੋਡਸਟੋਨ ਕਾਮਨ ਇਲਾਕੇ ਵਿੱਚ ਇੱਕ ਲੜਕੀ ਦੇ ਤਕਲੀਫ ਵਿੱਚ ਹੋਣ ਦੀ ਸੂਚਨਾ ਮਿਲੀ ਸੀ। ਕੈਲਗਰੀ ਪੁਲਿਸ ਅਨੁਸਾਰ ਪੀੜਤ ਦੀ ਜਾਨ ਬਚਾਉਣ ਦੇ ਉਪਾਅ ਅਸਫਲ ਰਹੇ ਅਤੇ ਉਸਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਮੰਗਲਵਾਰ ਦੀ ਪੁਲਿਸ ਰਿਲੀਜ਼ ਅਨੁਸਾਰ ਮੌਕੇ ਤੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਬਾਅਦ ਵਿੱਚ ਉਸਨੂੰ ਬਗੈਰ ਕਿਸੇ ਚਾਰਜ ਦੇ ਛੱਡ ਦਿੱਤਾ ਗਿਆ ਸੀ। ਮੁੱਖ ਮੈਡੀਕਲ ਅਫਸਰ ਨੇ ਦੱਸਿਆ ਹੈ ਕਿ ਪੋਸਟਮਾਰਟਮ ਹੋਣ ਉਪਰੰਤ ਹੀ ਮ੍ਰਿਤਕਾਂ ਦੀ ਪਛਾਣ ਹੋਈ ਹੈ। ਇਹ ਘਟਨਾ ਰੈੱਡਸਟੋਨ ਕਾਮਨ ਬਲਾਕ 100 ਦੇ ਵਿੱਚ ਵਾਪਰੀ ਦੱਸੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਸਥਾਨ ਵਾਲੀ ਜਗ੍ਹਾ 'ਤੇ ਮਨਪ੍ਰੀਤ ਕੌਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ। ਕੈਲਗਰੀ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਹ ਕੈਲਗਰੀ ਵਿੱਚ 2024 ਦੀ 7ਵੀਂ ਹੱਤਿਆ ਘਟਨਾ ਹੈ। ਹੱਤਿਆ ਯੂਨਿਟ ਇਸ ਘਟਨਾ ਦੇ ਆਲੇ ਦੁਆਲੇ ਦੇ ਹਾਲਾਤ ਦੀ ਜਾਂਚ ਕਰ ਰਹੀ ਹੈ। ਉਸ ਇਲਾਕੇ ਵਿੱਚ ਰਹਿ ਰਹੇ ਲੋਕਾਂ ਦਾ ਕਹਿਣਾ ਹੈ ਕਿ ਮ੍ਰਿਤਕਾ ਮਨਪ੍ਰੀਤ ਕੌਰ ਇੱਕ ਬੇਸਮੈਂਟ ਸੂਟ ਵਿੱਚ ਰਹਿੰਦੀ ਸੀ ਅਤੇ ਭਾਈਚਾਰੇ ਦੇ ਵਿੱਚ ਨਵੀਂ ਸ਼ਾਮਿਲ ਹੋਈ ਸੀ। ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ ਉਸਦੇ ਕੋਲੋਂ ਪੁੱਛ ਗਿੱਛ ਕੀਤੀ ਗਈ, ਪਰ ਬਾਅਦ ਵਿੱਚ ਉਸਦੇ ਉੱਤੇ ਦੋਸ਼ ਸਾਬਿਤ ਨਹੀਂ ਕੀਤੇ ਗਏ ਤੇ ਉਸਨੂੰ ਛੱਡ ਦਿੱਤਾ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਹੋਰ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਪੁਲਿਸ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਇਸ ਮਾਮਲੇ ਦੇ ਨਾਲ ਜੁੜੀ ਕੋਈ ਵੀ ਜਾਣਕਾਰੀ ਰੱਖਦੇ ਨੇ, ਡੈਸ਼ ਕੈਮ ਫੁਟੇਜ ਰੱਖਦੇ ਨੇ ਜਾਂ ਕਿਸੇ ਤਰ੍ਹਾਂ ਦਾ ਕੁਝ ਵੀ ਉਹਨਾਂ ਨੂੰ ਪਤਾ ਹੈ ਤਾਂ ਉਹ ਪੁਲਿਸ ਦੇ ਨਾਲ ਸੰਪਰਕ ਕਰਨ। ਇਸ ਤੋਂ ਇਲਾਵਾ ਅਗਿਆਤ ਤੌਰ 'ਤੇ ਵੀ ਉਹ ਪੁਲਿਸ ਦੇ ਨਾਲ ਸੰਪਰਕ ਕਰ ਸਕਦੇ ਨੇ। ਓਨਟਾਰੀਓ ਦੀ ਆਰਟ ਗੈਲਰੀ 1 ਮਹੀਨਾ ਬੰਦ ਰਹਿਣ ਤੋਂ ਬਾਅਦ ਦੁਬਾਰਾ ਖੋਲ੍ਹ ਦਿੱਤੀ ਗਈ ਹੈ। ਦਰਅਸਲ ਹੜਤਾਲ ਖਤਮ ਹੋਣ ਤੋਂ ਬਾਅਦ ਮੁੜ ਇਸ ਨੂੰ ਅਗਲੇ ਹਫ਼ਤੇ ਖੋਲ੍ਹ ਦਿੱਤਾ ਜਾਵੇਗਾ। ਸਥਾਨਕ ਯੂਨੀਅਨ ਦਾ ਕਹਿਣਾ ਹੈ ਕਿ ਇਹ ਜੀਓ ਦੇ ਵਰਕਰਾਂ ਨੇ ਰੁਜ਼ਗਾਰਦਾਤਾ ਦੇ ਨਾਲ ਨਵੇਂ ਸੌਦੇ ਦੀ ਪੁਸ਼ਟੀ ਕੀਤੀ ਹੈ, ਜਿਸ ਤੋਂ ਬਾਅਦ ਗੈਲਰੀ ਦੁਬਾਰਾ ਖੋਲ੍ਹੀ ਜਾ ਰਹੀ ਹੈ। ਓਨਟਾਰੀਓ ਦੀ ਆਰਟ ਗੈਲਰੀ ਵਿੱਚ ਯੂਨੀਅਨਾਈਜ਼ਡ ਵਰਕਰਾਂ ਦੇ 1 ਮਹੀਨੇ ਲਈ ਟੋਰਾਂਟੋ ਵਿੱਚ ਗੈਲਰੀ ਨੂੰ ਬੰਦ ਕਰਨ ਵਾਲੀ ਹੜਤਾਲ ਤੋਂ ਬਾਅਦ ਆਪਣੇ ਮਾਲਕ ਦੇ ਨਾਲ ਇੱਕ ਨਵੇਂ ਸਮਝੌਤੇ ਦੀ ਪੁਸ਼ਟੀ ਕਰਨ ਲਈ ਵੋਟ ਦਿੱਤੀ ਹੈ। ਓਨਟਾਰੀਓ ਪਬਲਿਕ ਸਰਵਿਸ ਇੰਪਲੋਇਜ਼ ਯੂਨੀਅਨ ਲੋਕਲ 535 ਨੇ ਬੀਤੇ ਦਿਨ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਹੈ ਕਿ 25 ਅਪ੍ਰੈਲ ਨੂੰ AGO ਨਾਲ ਹੋਏ ਅਸਥਾਈ ਸਮਝੌਤੇ ਨੂੰ ਸਵੀਕਾਰ ਕਰਨ ਲਈ 400 ਤੋਂ ਵੱਧ ਮੈਂਬਰਾਂ ਵਿੱਚੋਂ 281 ਨੇ 85% ਹਾਂ ਵਿੱਚ ਵੋਟ ਦਿੱਤੀ। ਸਥਾਨਕ ਲੋਕ ਪੁਰਾਲੇਖ ਵਿਗਿਆਨੀ, ਸਹਾਇਕ ਕਿਊਰੇਟਰ, ਆਰਟ ਹੈਂਡਲਰ, ਭੋਜਨ ਅਤੇ ਪੀਣ ਵਾਲੇ ਸਟਾਫ, ਰਿਟੇਲ ਅਤੇ ਕਸਟਡੀਅਲ ਵਰਕਰ, ਕਲਾ ਸਿੱਖਿਅਕ ਅਤੇ ਟੈਕਨੀਸ਼ੀਅਨ ਹੋਰਾਂ ਦੇ ਨਾਲ ਨਾਲ ਨੁਮਾਇੰਦਗੀ ਕਰਦੇ ਨੇ। AGO ਨੇ ਕਿਹਾ ਕਿ ਇਹ ਮੰਗਲਵਾਰ ਨੂੰ ਸਵੇਰੇ 10:30 ਦੁਬਾਰਾ ਖੁੱਲ੍ਹੇਗਾ। ਸਥਾਨਕ ਦੇ ਪ੍ਰਧਾਨ ਪੌਲ ਅਰਾਈਜ਼ ਨੇ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਕਿ ਕੈਲਗਰੀ ਵਿੱਚ ਇਹ ਹੜਤਾਲ ਪਹਿਲੀ ਵਾਰ ਹੋਈ ਸੀ। ਨੌਕਰੀ ਦੀ ਕਾਰਵਾਈ 25 ਮਾਰਚ ਨੂੰ ਸ਼ੁਰੂ ਹੋਈ, 10 ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਨਵਾਂ ਸੌਦਾ ਤਿਆਰ ਕਰਨ ਵਿੱਚ ਅਸਫਲ ਰਹੇ। ਆਰਟਸ ਨੇ ਕਿਹਾ ਕਿ ਗੈਲਰੀ ਵਿੱਚ ਕੰਮ ਕਰਨ ਦੀਆਂ ਵਿਗੜਦੀਆਂ ਸਥਿਤੀਆਂ ਦੇ ਸਾਲਾਂ ਬਾਅਦ ਇਕੱਠੇ ਖੜ੍ਹੇ ਕਰਮਚਾਰੀਆਂ ਦਾ ਸਮਰਪਣ ਪ੍ਰੇਰਣਾਦਾਇਕ ਤੋਂ ਘੱਟ ਨਹੀਂ ਸੀ। ਨਵਾਂ ਸਮੂਹਿਕ ਸਮਝੌਤਾ 1 ਦਸੰਬਰ 2022 ਦੀ ਮਿਆਦ ਨੂੰ ਕਵਰ ਕਰਦਾ ਹੈ। 1 ਸਾਲ ਦੇ ਐਕਸਟੈਂਸ਼ਨ ਸਮਝੌਤੇ ਦੇ ਕਾਰਨ ਅਤੇ ਇਸ ਦੀ ਮਿਆਦ 3 ਨਵੰਬਰ 2025 ਨੂੰ ਸਮਾਪਤ ਹੋ ਜਾਵੇਗੀ। ਇਸ ਦਾ ਮਤਲਬ ਹੈ ਕਿ ਕਰਮਚਾਰੀ 1 ਸਾਲ ਤੋਂ ਵੱਧ ਸਮੇਂ ਵਿੱਚ ਟੇਬਲ 'ਤੇ ਵਾਪਸ ਆ ਕੇ ਗੱਲਬਾਤ ਕਰਨਗੇ। ਯੂਨੀਅਨ ਸਥਾਨਕ ਨੇ ਕਿਹਾ ਕਿ ਲਾਭਾਂ ਵਿੱਚ ਫੁੱਲ ਟਾਈਮ ਅਤੇ ਪਾਰਟ ਟਾਈਮ ਕਾਮਿਆਂ ਲਈ 11.4% ਉਜਰਤ ਵਾਧਾ, ਨਾਲ ਹੀ 1 ਦਸੰਬਰ 2021 ਤੱਕ 1% ਵੇਜ ਰੀਓਪਨਰ ਸ਼ਾਮਿਲ ਹੈ। ਇਹਨਾਂ ਵਿੱਚ ਪਾਰਟ ਟਾਈਮ ਰੂਪਾਂਤਰਣ ਭਾਸ਼ਾ, ਰੁਜ਼ਗਾਰ ਰੱਖਣ ਲਈ ਵਿਸਤ੍ਰਿਤ ਵਰਕਰ ਅਧਿਕਾਰ ਵੀ ਸ਼ਾਮਿਲ ਨੇ।
ਕਈ ਅਹੁਦਿਆਂ ਤੇ ਅਤੇ ਪਾਰਟ ਟਾਈਮ ਲੇਬਰ ਤੋਂ ਤੀਜੀ ਧਿਰ ਦੇ ਠੇਕੇ ਨੂੰ ਘਟਾਉਣ ਦੇ ਉਦੇਸ਼ ਨਾਲ ਇੱਕ ਸਾਂਝੀ ਕਮੇਟੀ ਦੀ ਸਥਾਪਨਾ ਵੀ ਇਸ ਦੇ ਵਿੱਚ ਸ਼ਾਮਿਲ ਕੀਤੀ ਗਈ ਹੈ। ਇਕਰਾਰਨਾਮੇ ਵਿੱਚ ਫੁੱਲ ਟਾਈਮ ਕਰਮਚਾਰੀਆਂ ਲਈ ਬਿਹਤਰ ਭੋਜਨ ਭੱਤੇ, ਸ਼ਿਫਟ ਪ੍ਰੀਮੀਅਮ ਅਤੇ ਸੋਗ ਦੀ ਛੁੱਟੀ ਵੀ ਸ਼ਾਮਿਲ ਹੈ। ਆਈਟਸ ਨੇ ਕਿਹਾ ਕਿ ਤਨਖਾਹ ਵਿੱਚ ਵਾਧਾ ਵਿਸ਼ੇਸ਼ ਤੌਰ ਤੇ ਸਵਾਗਤ ਯੋਗ ਹੈ। ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਜਨ ਸੇਵਾ ਕਰਮਚਾਰੀਆਂ ਵਜੋਂ ਸਾਡੀਆਂ ਤਨਖਾਹਾਂ ਨੂੰ 2020 ਤੋਂ 1% ਸਾਲਾਨਾ ਵਾਧੇ ਤੇ ਗੈਰ ਸੰਵਿਧਾਨਿਕ ਤੌਰ ਤੇ ਸੀਮਿਤ ਕੀਤਾ ਗਿਆ ਸੀ। ਇਹ ਤੁਹਾਡੀ ਅੱਗ ਨੂੰ ਭੜਕਾਉਂਦਾ ਹੈ ਜਦੋਂ ਮੈਂਬਰ ਸੰਘਰਸ਼ ਕਰ ਰਹੇ ਹੁੰਦੇ ਨੇ। ਇਹ ਵੇਖਣ ਵਾਸਤੇ ਕਿ ਪ੍ਰਬੰਧਨ ਨੂੰ 10-59% ਦੀ ਰੇਂਜ ਵਿੱਚ ਸਾਲਾਨਾ ਤਨਖਾਹਾਂ ਮਿਲਦੀਆਂ ਨੇ। ਫੈਡਰਲ ਬਜਟ ਵਿੱਚ ਸਰਕਾਰ ਨੇ ਫਾਰਮਾਕੇਅਰ ਬਿੱਲ ਪੇਸ਼ ਕੀਤਾ ਹੈ। ਬਜਟ ਵਿੱਚ ਸ਼ੂਗਰ ਅਤੇ ਗਰਭ ਨਿਰੋਧਕ ਦਵਾਈਆਂ ਦੀ ਕਵਰੇਜ ਲਈ $1.5 billion ਰੱਖੇ ਗਏ ਨੇ। ਅਸਲ ਵਿੱਚ ਬਹੁਤੇ ਨਾਗਰਿਕਾਂ ਨੂੰ ਨਹੀਂ ਪਤਾ ਕਿ ਫਾਰਮਾਕੇਅਰ ਕੀ ਹੈ, ਸੋ ਆਓ ਜਾਣਦੇ ਹਾਂ ਫਾਰਮਾਕੇਅਰ ਦੇ ਨਾਲ ਜੁੜੀ ਹਰ ਜਾਣਕਾਰੀ ਇਸ ਰਿਪੋਰਟ ਦੇ ਜ਼ਰੀਏ। ਫੈਡਰਲ ਸਰਕਾਰ ਦੇ ਨਵੇਂ ਬਜਟ ਨੇ ਫਾਰਮਾਕੇਅਰ ਨੂੰ ਲਾਗੂ ਕਰਨ ਲਈ $1.5 billion ਰਾਖਵੇਂ ਕੀਤੇ ਨੇ, ਜੋ ਕਿ ਦੇਸ਼ ਦੇ ਹੈਲਥ ਕੇਅਰ ਸਿਸਟਮ ਵਿੱਚ ਇੱਕ ਅਹਿਮ ਵਿੱਤੀ ਵਚਨਬੱਧਤਾ ਹੈ। ਲਿਬਰਲ ਸਰਕਾਰ ਨਾਲ ਸਮਰਥਨ ਸਮਝੌਤਾ ਕਰਨ ਵਾਲੀ NDP ਇਸ ਪ੍ਰੋਗਰਾਮ ਦੀ ਲੰਬੇ ਸਮੇਂ ਤੋਂ ਮੰਗ ਕਰ ਰਹੀ ਸੀ। ਹਾਲ ਦੀ ਘੜੀ ਇਸ ਪ੍ਰੋਗਰਾਮ ਵਿੱਚ ਸਿਰਫ 2 ਤਰ੍ਹਾਂ ਦੀਆਂ ਦਵਾਈਆਂ ਨੂੰ ਕਵਰ ਕੀਤਾ ਗਿਆ ਹੈ। ਇਸ ਪ੍ਰੋਗਰਾਮ ਨੂੰ ਅਮਲੀ ਜਾਮਾ ਪਹਿਨਾਉਣ ਲਈ ਸੂਬਾ ਸਰਕਾਰਾਂ ਵੱਲੋਂ ਵੀ ਹਮਾਇਤ ਦੀ ਜ਼ਰੂਰਤ ਹੈ। ਫੈਡਰਲ ਸਰਕਾਰ ਨੇ ਫਾਰਮਾਕੇਅਰ ਦਾ ਵਿਸਤਾਰ ਕਰਨ ਦੀ ਵਚਨਬੱਧਤਾ ਪ੍ਰਗਟਾਈ ਹੈ। ਸਰਕਾਰ ਇਹ ਜਾਣਨ ਲਈ ਮਾਹਿਰਾਂ ਦਾ ਇੱਕ ਪੈਨਲ ਬਣਾ ਰਹੀ ਹੈ ਕਿ ਭਵਿੱਖ ਵਿੱਚ ਕਿਸੇ ਸਮੇਂ ਇੱਕ ਯੂਨੀਵਰਸਲ ਸਿੰਗਲ ਪੇਅਰ ਪ੍ਰੋਗਰਾਮ ਕਿਵੇਂ ਲਾਗੂ ਕੀਤਾ ਜਾ ਸਕੇ। ਫਾਰਮਾਕੇਅਰ ਕੀ ਹੁੰਦਾ ਹੈ, ਇਸ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ। ਦਰਅਸਲ ਫਾਰਮਾਕੇਅਰ ਐਕਟ ਕੈਨੇਡਾ ਵਿੱਚ ਡਾਕਟਰਾਂ ਵੱਲੋਂ ਲਿਖੀਆਂ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਦੀ ਲਾਗਤ ਨੂੰ ਘਟਾਉਣ ਲਈ ਸਰਕਾਰੀ ਫੰਡ ਰਾਹੀਂ ਦੇਸ਼ ਵਿਆਪੀ ਹੈਲਥ ਕੇਅਰ ਬੀਮਾ ਪ੍ਰੋਗਰਾਮ ਦਾ ਪ੍ਰਸਤਾਵ ਕਰਦਾ ਹੈ। ਐਕਟ ਦਾ ਦੱਸਿਆ ਗਿਆ ਉਦੇਸ਼ ਸਾਰੇ ਕੈਨੇਡੀਅਨਸ ਲਈ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਦੀ ਪਹੁੰਚਯੋਗਤਾ ਅਤੇ ਕਿਫਾਇਤੀਪਣ ਨੂੰ ਬਿਹਤਰ ਬਣਾਉਣਾ ਅਤੇ ਅਖੀਰ ਟੀਚੇ ਵਿੱਚ ਇੱਕ ਰਾਸ਼ਟਰੀ ਯੂਨੀਵਰਸਲ ਫਾਰਮਾਕੇਅਰ ਪ੍ਰੋਗਰਾਮ ਲਾਗੂ ਕਰਨਾ ਹੈ। ਕੈਨੇਡਾ ਵਿਕਸਿਤ ਦੇਸ਼ਾਂ ਵਿੱਚੋਂ ਇੱਕੋ ਇੱਕ ਅਜਿਹਾ ਦੇਸ਼ ਹੈ ਜਿਸ ਦੇ ਯੂਨੀਵਰਸਲ ਹੈਲਥ ਕੇਅਰ ਪ੍ਰੋਗਰਾਮ ਵਿੱਚ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਲਈ ਯੂਨੀਵਰਸਲ ਕਵਰੇਜ ਸ਼ਾਮਿਲ ਨਹੀਂ ਹੈ। ਇਸ ਦੀ ਬਜਾਏ ਕੈਨੇਡਾ ਵਿੱਚ ਪ੍ਰਾਈਵੇਟ, ਸਰਕਾਰੀ ਅਤੇ ਲੋਕਾਂ ਦੀ ਆਪਣੀ ਜੇਬ 'ਚੋਂ ਭੁਗਤਾਨ ਕਰਨ ਵਰਗੀਆਂ ਬੀਮਾ ਯੋਜਨਾਵਾਂ ਦਾ ਮਿਸ਼ਰਣ ਹੈ। ਪਾਰਲੀਮੈਂਟਰੀ ਬਜਟ ਦਫ਼ਤਰ ਦੇ ਅਨੁਸਾਰ 2021-22 ਵਿੱਚ ਕੈਨੇਡਾ ਵਿੱਚ ਕੁੱਲ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਦੇ ਖਰਚੇ ਲਗਭਗ $36 billion ਸਨ। ਇਸ ਵਿੱਚੋਂ 46% ਸਰਕਾਰੀ ਸਰੋਤਾਂ ਦੁਆਰਾ ਕਵਰ ਕੀਤਾ ਗਿਆ ਸੀ, 40% ਪ੍ਰਾਈਵੇਟ ਬੀਮੇ ਦੁਆਰਾ ਕਵਰ ਕੀਤਾ ਗਿਆ ਸੀ ਅਤੇ 14% ਦਾ ਭੁਗਤਾਨ ਲੋਕਾਂ ਨੇ ਆਪਣੀ ਜੇਬ 'ਚੋਂ ਕੀਤਾ ਸੀ। ਮੈਡੀਕਲ ਕੇਅਰ ਐਕਟ, ਜੋ ਕਿ 1966 ਵਿੱਚ ਕਾਨੂੰਨ ਬਣਿਆ ਸੀ ਪਰ 1972 ਤੱਕ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ ਸੀ, ਉਸਨੇ ਹਸਪਤਾਲਾਂ ਅਤੇ ਡਾਕਟਰੀ ਸੇਵਾਵਾਂ ਵਾਸਤੇ ਸਿਹਤ ਬੀਮੇ ਨੂੰ ਯਕੀਨੀ ਬਣਾਉਣ ਲਈ ਫੈਡਰਲ ਸਰਕਾਰ ਅਤੇ ਸੂਬਿਆਂ ਵਿਚਾਲੇ ਲਾਗਤ ਸਾਂਝੀ ਕਰਨ ਵਾਲੀ ਇੱਕ ਵਿਵਸਥਾ ਦੀ ਸਥਾਪਨਾ ਕੀਤੀ ਸੀ। 1984 ਵਿੱਚ ਪਾਸ ਹੋਏ ਕੈਨੇਡਾ ਹੈਲਥ ਐਕਟ ਨੇ ਪਬਲਿਕ ਹੈਲਥ ਕੇਅਰ ਸਿਸਟਮ ਦੇ ਮੁੱਖ ਸਿਧਾਂਤਾਂ ਨੂੰ ਕਾਨੂੰਨ ਵਿੱਚ ਸਪਸ਼ਟ ਕੀਤਾ ਕਿ ਹੈਲਥ ਕੇਅਰ ਸਿਸਟਮ ਸਰਕਾਰੀ ਤੌਰ 'ਤੇ ਪ੍ਰਬੰਧਿਤ, ਸਰਵ ਵਿਆਪਕ, ਪੋਰਟੇਬਲ ਅਤੇ ਸਾਰਿਆਂ ਲਈ ਪਹੁੰਚਯੋਗ ਹੋਵੇਗਾ। ਪਰ ਇਸ ਵਿੱਚ ਦਵਾਈਆਂ ਦੀ ਕਵਰੇਜ ਸ਼ਾਮਿਲ ਨਹੀਂ ਹੈ ਅਤੇ ਫਾਰਮਾਕੇਅਰ ਇਸੇ ਚੀਜ਼ ਨੂੰ ਪ੍ਰਦਾਨ ਕਰਨ ਬਾਰੇ ਹੈ।
ਬਿੱਲ C-64 ਫਾਰਮਕੇਅਰ ਐਕਟ ਦੇ ਵਿੱਚ ਕੀ ਮੌਜੂਦ ਹੈ? ਦਰਅਸਲ ਇਸ ਦੇ ਮੌਜੂਦਾ ਰੂਪ ਵਿੱਚ ਪ੍ਰਸਤਾਵਿਤ ਕਾਨੂੰਨ ਗਰਭ ਨਿਰੋਧਕ ਅਤੇ ਸ਼ੂਗਰ ਦੀਆਂ ਦਵਾਈਆਂ ਦੀ ਇੱਕ ਵਿਸ਼ਾਲ ਕਿਸਮ ਤੱਕ ਸਰਵ ਵਿਆਪਕ ਪਹੁੰਚ ਪ੍ਰਦਾਨ ਕਰੇਗਾ। ਜੇਕਰ C-64 ਪਾਰਲੀਮੈਂਟ ਵਿੱਚ ਪਾਸ ਹੁੰਦਾ ਹੈ ਤਾਂ ਸਿਹਤ ਮੰਤਰੀ ਮਾਰਕ ਹੋਲੈਂਡ ਸੂਬਿਆਂ ਅਤੇ ਪ੍ਰਦੇਸ਼ਾਂ ਨਾਲ ਫੰਡਿੰਗ ਪ੍ਰਤੀਬੱਧਤਾ ਤੇ ਗੱਲਬਾਤ ਸ਼ੁਰੂ ਕਰਨਗੇ ਤਾਂ ਜੋ ਲੋਕਾਂ ਨੂੰ ਇਹ ਦਵਾਈਆਂ ਮੁਫ਼ਤ ਪ੍ਰਦਾਨ ਕਰਨ ਦੀ ਲਾਗਤ ਨੂੰ ਕਵਰ ਕੀਤਾ ਜਾ ਸਕੇ। ਹੈਲਥ ਕੈਨੇਡਾ ਦੇ ਅਨੁਸਾਰ ਲਗਭਗ 10% ਆਬਾਦੀ ਨੂੰ ਸ਼ੂਗਰ ਹੈ। ਉਹਨਾਂ ਵਿੱਚੋਂ 1/4 ਸ਼ੂਗਰ ਰੋਗੀਆਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਇਲਾਜ ਯੋਜਨਾਵਾਂ ਦਵਾਈਆਂ ਦੀ ਲਾਗਤ ਕਰਕੇ ਪ੍ਰਭਾਵਿਤ ਹੁੰਦੀਆਂ ਨੇ। ਬਿੱਲ C-64 ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਘੱਟ ਕਰਨ ਵਾਲੀਆਂ ਦਵਾਈਆਂ ਜਿਵੇਂ ਕਿ ਇਨਸੁਲਿਨ ਅਤੇ ਮੈਟਫੋਰਮਿਨ ਤੱਕ ਪਹੁੰਚ ਨੂੰ ਸਬਸਿਡੀ ਰਾਹੀਂ ਪਹੁੰਚਯੋਗ ਬਣਾਏਗਾ। ਸ਼ੂਗਰ ਦੀਆਂ ਦਵਾਈਆਂ ਦੀ ਪੂਰੀ ਸੂਚੀ ਵਿੱਚ ਗਲੂਸੀਸਾਈਨ, ਡਿਟਮਿਰ, ਸੈਕਸਾਗਲੀਪਟਿਨ ਅਤੇ ਮੈਟੋਫੋਰਮਿਨ ਸ਼ਾਮਿਲ ਨੇ। ਇਹ ਬਿੱਲ ਪ੍ਰਜਨਨ ਉਮਰ ਦੇ ਲਗਭਗ 90 ਲੱਖ ਕੈਨੇਡੀਅਨਸ ਲਈ ਗਰਭ ਨਿਰੋਧਕ ਤੱਕ ਪਹੁੰਚ ਨੂੰ ਵੀ ਕਵਰ ਕਰੇਗਾ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਕਵਰੇਜ ਗੈਰ ਯੋਜਨਾਬੱਧ ਗਰਭ ਅਵਸਥਾਵਾਂ ਨੂੰ ਘਟਾਏਗੀ ਅਤੇ ਦੇਸ਼ ਭਰ ਵਿੱਚ ਸਿਹਤ ਸੰਭਾਲ ਪ੍ਰਣਾਲੀਆਂ ਲਈ ਲਾਗਤਾਂ ਨੂੰ ਘਟਾਏਗੀ। ਕਵਰ ਹੋਣ ਵਾਲੇ ਗਰਭ ਨਿਰੋਧਕਾਂ ਦੀ ਸੂਚੀ ਵੀ ਵੇਖੀ ਜਾ ਸਕਦੀ ਹੈ। ਹੁਣ ਮੌਜੂਦਾ ਹਾਲਾਤ ਇਹ ਨੇ ਕਿ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਯੂਨੀਵਰਸਲ ਫਾਰਮਾਕੇਅਰ ਨੂੰ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਦੇਸ਼ ਵਿਆਪੀ ਸਿੰਗਲ ਪੇਅਰ ਮਾਡਲ ਤੱਕ ਵਿਸਤਾਰ ਕਰਨ ਤੋਂ ਪਹਿਲਾਂ ਇਸ ਪਹਿਲੇ ਪੜਾਅ ਦਾ ਮੁਲਾਂਕਣ ਕੀਤਾ ਜਾਵੇਗਾ। ਹੋਲੈਂਡ ਨੇ ਕਿਹਾ ਕਿ ਉਹ ਸਾਲ ਦੇ ਅੰਤ ਤੱਕ ਸੂਬਿਆਂ ਨਾਲ ਪਹਿਲੇ ਪੜਾਅ ਨੂੰ ਲਾਗੂ ਕਰਨ ਦੀ ਉਮੀਦ ਕਰਦੇ ਨੇ। ਇਹ ਸਮਾਂ ਰੇਖਾ ਫੈਡਰਲ ਸਰਕਾਰ ਦੁਆਰਾ ਸੂਬਿਆਂ ਨਾਲ ਇਕਰਾਰਨਾਮਿਆਂ ਤੱਕ ਪਹੁੰਚਣ 'ਤੇ ਨਿਰਭਰ ਕਰਦੀ ਹੈ। ਇਸ ਦਾ ਮਤਲਬ ਹੈ ਕਿ ਕੁਝ ਸੂਬਿਆਂ ਦੇ ਵਸਨੀਕਾਂ ਨੂੰ ਦੂਜਿਆਂ ਨਾਲੋਂ ਜਲਦੀ ਫਾਰਮਾਕੇਅਰ ਤੱਕ ਪਹੁੰਚ ਪ੍ਰਾਪਤ ਹੋ ਸਕਦੀ ਹੈ। ਜੇਕਰ ਬਿੱਲ ਪਾਸ ਹੋ ਜਾਂਦਾ ਹੈ ਤਾਂ ਕੈਨੇਡੀਅਨ ਡਰੱਗ ਏਜੰਸੀ ਫਿਰ ਇੱਕ ਰਾਸ਼ਟਰੀ ਖਰੀਦ ਯੋਜਨਾ ਅਤੇ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਦਾ ਇੱਕ ਰਾਸ਼ਟਰੀ ਫਾਰਮੂਲਾ ਤਿਆਰ ਕਰੇਗੀ। ਇਹ ਸਪਸ਼ਟ ਨਹੀਂ ਹੈ ਕਿ ਇਹ ਪ੍ਰਕਿਰਿਆ ਫੈਡਰਲ ਸਰਕਾਰ ਦੀ ਸਮਾਂ ਰੇਖਾ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ। ਹੁਣ ਤੱਕ ਐਲਬਰਟਾ ਅਤੇ ਕਿਊਬੈਕ ਦੋਵਾਂ ਨੇ ਕਿਹਾ ਕਿ ਜੇਕਰ ਇਹ ਫਾਰਮਾਕੇਅਰ ਲਾਗੂ ਹੁੰਦਾ ਹੈ ਤਾਂ ਉਹ ਇਸ ਤੋਂ ਬਾਹਰ ਰਹਿਣ ਦੀ ਯੋਜਨਾ ਰੱਖਦੇ ਨੇ। ਦੋਵੇਂ ਸੂਬਿਆਂ ਦਾ ਕਹਿਣਾ ਹੈ ਕਿ ਉਹ ਪ੍ਰੋਗਰਾਮ ਦੇ ਫੰਡਿੰਗ ਦੇ ਆਪਣੇ ਹਿੱਸੇ ਨੂੰ ਆਪਣੇ ਹੈਲਥ ਸਿਸਟਮ ਵਿੱਚ ਨਿਵੇਸ਼ ਕਰਨਾ ਚਾਹੁੰਦੇ ਨੇ। ਓਨਟਾਰੀਓ ਸਰਕਾਰ ਨੇ ਹਜੇ ਤੱਕ ਵਚਨਬੱਧਤਾ ਨਹੀਂ ਕੀਤੀ ਅਤੇ ਕਿਹਾ ਕਿ ਉਹ ਕਾਨੂੰਨ ਦਾ ਸਮਰਥਨ ਕਰਨ ਤੋਂ ਪਹਿਲਾਂ ਇਸ ਬਾਰੇ ਹੋਰ ਵੇਰਵੇ ਵੇਖਣਾ ਚਾਹੁੰਦੀ ਹੈ। BC ਸਰਕਾਰ ਨੇ ਇਸ ਬਿੱਲ ਦੇ ਪੱਖ ਵਿੱਚ ਪ੍ਰਤੀਕਿਰਿਆ ਦਿੱਤੀ ਹੈ। ਬਾਕੀ ਸੂਬਿਆਂ ਅਤੇ ਪ੍ਰਦੇਸ਼ਾਂ ਨੇ ਸੰਕੇਤ ਦਿੱਤੇ ਨੇ ਕਿ ਉਹ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਖੁੱਲ੍ਹੇ ਨੇ ਪਰ ਵਚਨਬੱਧਤਾ ਤੋਂ ਪਹਿਲਾਂ ਹੋਰ ਵੇਰਵੇ ਦੇਖਣੇ ਚਾਹੁੰਦੇ ਨੇ। ਫੈਡਰਲ ਅਧਿਕਾਰੀਆਂ ਨੇ ਅਜੇ ਤੱਕ ਫਾਰਮਾਕੇਅਰ ਪ੍ਰੋਗਰਾਮ ਦੇ ਪਹਿਲੇ ਪੜਾਅ ਦੀ ਸਹੀ ਲਾਗਤ ਦੀ ਪੁਸ਼ਟੀ ਨਹੀਂ ਕੀਤੀ। ਸੂਬਿਆਂ ਨਾਲ ਅੰਤਿਮ ਸਮਝੌਤਿਆਂ ਤੋਂ ਬਿਨਾਂ ਇਹ ਕਹਿਣਾ ਔਖਾ ਹੈ ਕਿ ਪ੍ਰੋਗਰਾਮ 'ਤੇ ਕਿੰਨਾ ਖਰਚ ਆਵੇਗਾ। ਫੈਡਰਲ ਬਜਟ ਵਿੱਚ ਜਾਰੀ ਕੀਤੇ ਗਏ ਅਨੁਮਾਨ ਦੱਸਦੇ ਨੇ ਕਿ ਪਹਿਲੇ ਪੜਾਅ ਵਿੱਚ 5 ਸਾਲਾਂ ਵਿੱਚ $1.5 ਬਿਲੀਅਨ ਦੀ ਲਾਗਤ ਆਵੇਗੀ। PBO ਦੇ ਅਨੁਸਾਰ ਇੱਕ ਪੂਰੀ ਤਰ੍ਹਾਂ ਲਾਗੂ ਯੂਨੀਵਰਸਲ ਰਾਸ਼ਟਰ ਵਿਆਪੀ ਸਿੰਗਲ ਭੁਗਤਾਨ ਕਰਨ ਵਾਲੇ ਪ੍ਰਿਸਕ੍ਰਿਪਸ਼ਨ ਵਾਲੇ ਡਰੱਗ ਪ੍ਰੋਗਰਾਮ ਦੀ ਲਾਗਤ ਵਿੱਤੀ ਸਾਲ 2024-25 ਵਿੱਚ $33.2 ਬਿਲੀਅਨ ਹੋਣ ਦਾ ਅਨੁਮਾਨ ਹੈ, ਜੋ ਕਿ ਵਿੱਤੀ ਸਾਲ 2027-28 ਵਿੱਚ $38.9 ਬਿਲੀਅਨ ਤੱਕ ਪਹੁੰਚ ਜਾਵੇਗੀ। ਫੈਡਰਲ ਸਰਕਾਰ ਦੀ ਅਨੁਮਾਨਿਤ ਲਾਗਤ 2024-25 ਵਿੱਚ $11.2 ਬਿਲੀਅਨ ਤੋਂ 2027-28 ਵਿੱਚ $13.4 ਬਿਲੀਅਨ ਤੱਕ ਹੋਵੇਗੀ। ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਦੀ ਵਰਤੋਂ ਵਿੱਚ ਸੰਭਾਵਿਤ ਵਾਧੇ ਦੇ ਬਾਵਜੂਦ PBO ਦਾ ਅੰਦਾਜ਼ਾ ਹੈ ਕਿ ਦਵਾਈਆਂ ਦੀਆਂ ਘੱਟ ਕੀਮਤਾਂ 2024-25 ਵਿੱਚ ਲਗਭਗ $1.4 ਬਿਲੀਅਨ ਦੀ ਆਰਥਿਕ ਬਚਤ ਵਿੱਚ ਯੋਗਦਾਨ ਪਾਉਣਗੀਆਂ, ਜੋ 2027-28 ਵਿੱਚ ਵੱਧ ਕੇ $2.2 ਬਿਲੀਅਨ ਹੋ ਜਾਵੇਗੀ। ਇਸ ਬਾਰੇ ਹਮਾਇਤੀਆਂ ਦਾ ਕੀ ਕਹਿਣਾ ਹੈ, ਆਓ ਜਾਣਦੇ ਹਾਂ।
ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਦੇ ਅਨੁਸਾਰ ਹਰ 5 ਵਿੱਚੋਂ 1 ਕੈਨੇਡੀਅਨ ਬੀਮਾ ਰਹਿਤ ਅਤੇ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਲਈ ਜੇਬ ਵਿੱਚੋਂ ਭੁਗਤਾਨ ਕਰਦਾ ਹੈ। ਫਾਰਮਾਕੇਅਰ ਐਡਵੋਕੇਟ ਕਹਿੰਦੇ ਨੇ ਕਿ ਹੋਰ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਕੈਨੇਡੀਅਨਸ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਦੀਆਂ ਜ਼ਿਆਦਾ ਉੱਚ ਕੀਮਤਾਂ ਅਦਾ ਕਰਦੇ ਨੇ। ਕੌਂਸਲ ਆਫ ਕੈਨੇਡੀਅਨਸ ਨਾਂ ਦੇ ਇੱਕ ਸਮੂਹ ਨਾਲ ਜੁੜੇ ਨਿਕੋਲਸ ਬੈਰੀ ਸ਼ੋਅ ਦਾ ਕਹਿਣਾ ਹੈ ਕਿ ਅਜਿਹਾ ਪ੍ਰੋਗਰਾਮ ਹਸਪਤਾਲਾਂ 'ਤੇ ਦਬਾਅ ਨੂੰ ਘਟਾਉਣ ਵਿੱਚ ਮਦਦ ਕਰੇਗਾ, ਕਿਉਂਕਿ ਜੇਕਰ ਜ਼ਿਆਦਾ ਲੋਕਾਂ ਦੀ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਤੱਕ ਪਹੁੰਚ ਹੁੰਦੀ ਹੈ ਤਾਂ ਉਹਨਾਂ ਵਿੱਚੋਂ ਬਹੁਤ ਘੱਟ ਲੋਕਾਂ ਦੇ ਹਸਪਤਾਲ ਵਿੱਚ ਦਾਖਲ ਹੋਣ ਦੀ ਸੰਭਾਵਨਾ ਹੈ। ਇਸ ਉੱਤੇ ਵਿਰੋਧੀਆਂ ਨੇ ਵੀ ਸਮੇਂ-ਸਮੇਂ 'ਤੇ ਤਰਕ ਕੀਤੇ ਨੇ। ਫਾਰਮਾਕੇਅਰ ਦੇ ਆਲੋਚਕ ਦਾਅਵਾ ਕਰਦੇ ਨੇ ਕਿ ਇਹ ਪ੍ਰੋਗਰਾਮ ਕੈਨੇਡੀਅਨਸ ਲਈ ਉਪਲਬਧ ਦਵਾਈਆਂ ਦੀ ਵਿਭਿੰਨਤਾ ਨੂੰ ਘਟਾ ਦੇਵੇਗਾ ਅਤੇ ਉਹ ਕਹਿੰਦੇ ਨੇ ਕਿ ਇਹ ਪੈਸਾ ਸਿਹਤ ਸੰਭਾਲ ਪ੍ਰਣਾਲੀ ਵਿੱਚ ਕਿਤੇ ਹੋਰ ਬਿਹਤਰ ਢੰਗ ਨਾਲ ਵਰਤਿਆ ਜਾ ਸਕਦਾ ਹੈ। ਡਾਕਟਰ ਬੈਟਨਾ ਹੈਮਲਿਨ ਇਨੋਵੇਟਿਵ ਮੈਡੀਸਨਸ ਕੈਨੇਡਾ ਦੀ ਪ੍ਰਧਾਨ ਏ। ਉਹਦਾ ਕਹਿਣਾ ਹੈ ਕਿ ਫਾਰਮਾਕਿਊਟੀਕਲ ਕੰਪਨੀਆਂ ਦੀ ਨੁਮਾਇੰਦਗੀ ਉਹ ਕਰਦੀ ਏ ਅਤੇ ਉਹਦਾ ਇਹ ਵੀ ਕਹਿਣਾ ਹੈ ਕਿ ਇੱਕ ਸਿੰਗਲ ਪੇਅਰ ਫਾਰਮਾਕੇਅਰ ਸਿਸਟਮ ਵੱਲ ਜਾਣ ਨਾਲ ਜ਼ਿਆਦਾਤਰ ਕੈਨੇਡੀਅਨਸ ਲਈ ਡਰੱਗ ਕਵਰੇਜ ਦੀ ਗੁਣਵੱਤਾ ਵਿੱਚ ਕਮੀ ਆਵੇਗੀ। ਵਿਰੋਧੀ ਕਹਿੰਦੇ ਨੇ ਕਿ ਕੈਨੇਡੀਅਨਸ ਦੀ ਵੱਡੀ ਬਹੁਗਿਣਤੀ ਕੋਲ ਪਹਿਲਾਂ ਹੀ ਉਪਲਬਧ ਕਵਰੇਜ ਦੀ ਵਿਸ਼ਾਲ ਸ਼੍ਰੇਣੀ ਹੈ। ਲਗਭਗ 88% ਕੈਨੇਡੀਅਨਸ ਕੋਲ ਪਹਿਲਾਂ ਹੀ ਵਿਆਪਕ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਦੀ ਕਵਰੇਜ ਹੈ। ਕੈਨੇਡੀਅਨ ਐਸੋਸੀਏਸ਼ਨ ਆਫ ਫਾਰਮਾਸਿਸਟ, ਜੋ ਪੂਰੇ ਕੈਨੇਡਾ ਵਿੱਚ 45,000 ਤੋਂ ਵੱਧ ਫਾਰਮਾਸਿਸਟਾਂ ਦੀ ਨੁਮਾਇੰਦਗੀ ਕਰਦੀ ਹੈ, ਇੱਕ ਮਿਸ਼ਰਿਤ ਭੁਗਤਾਨ ਕਰਨ ਵਾਲੇ ਮਾਡਲ ਦੀ ਮੰਗ ਕਰ ਰਹੀ ਹੈ ਜੋ ਜਨਤਕ ਅਤੇ ਨਿੱਜੀ ਬੀਮਾ ਪ੍ਰੋਗਰਾਮਾਂ 'ਤੇ ਆਧਾਰਿਤ ਹੋਵੇ। ਇਸ ਦੇ ਅੱਗੇ ਦੇ ਭਵਿੱਖ ਬਾਰੇ ਵੀ ਜਾਣਕਾਰੀ ਪ੍ਰਾਪਤ ਹੋਈ ਹੈ। ਇਹ ਮੰਨ ਲਓ ਕਿ ਬਿੱਲ ਪਾਰਲੀਮੈਂਟ ਵਿੱਚ ਪਾਸ ਹੋ ਜਾਂਦਾ ਹੈ, ਬਹੁਤ ਕੁਝ ਇਸ ਗੱਲ 'ਤੇ ਫਿਰ ਨਿਰਭਰ ਕਰਦਾ ਹੈ ਕਿ ਕੀ ਫੈਡਰਲ ਸਰਕਾਰ ਸੂਬਿਆਂ ਤੋਂ ਲੋੜੀਂਦੀ ਸਹਾਇਤਾ ਪ੍ਰਾਪਤ ਕਰ ਸਕਦੀ ਹੈ। ਅਗਲੇ ਸਾਲ ਫੈਡਰਲ ਚੋਣਾਂ ਵੀ ਨੇ। ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵਰ ਨੇ ਇਹ ਨਹੀਂ ਕਿਹਾ ਕਿ ਉਹ ਫਾਰਮਾਕੇਅਰ ਨੂੰ ਰੱਦ ਕਰਨਗੇ ਜਾਂ ਨਹੀਂ। ਉਹਨਾਂ ਨੇ ਇਹ ਕਹਿੰਦਿਆਂ ਇਸ ਵਿਚਾਰ ਦੀ ਆਲੋਚਨਾ ਕੀਤੀ ਹੈ ਕਿ ਨਿੱਜੀ ਬੀਮਾ ਯੋਜਨਾਵਾਂ 'ਤੇ ਪਾਬੰਦੀ ਲਗਾ ਦੇਣਗੇ। ਪ੍ਰਸਤਾਵਿਤ ਕਾਨੂੰਨ ਨਿੱਜੀ ਯੋਜਨਾਵਾਂ 'ਤੇ ਪਾਬੰਦੀ ਨਹੀਂ ਲਗਾਏਗਾ। ਪਲੇਵਰ ਨੇ ਲਿਬਰਲ ਸਰਕਾਰ ਦੌਰਾਨ ਬਜਟ ਘਾਟਿਆਂ ਦੀ ਵੀ ਪੁਰਸੋਰ ਆਲੋਚਨਾ ਕੀਤੀ ਹੈ, ਜਿਸ ਨਾਲ ਪਲੇਵਰ ਦੀ ਸਰਕਾਰ ਬਣਨ ਦੀ ਸਥਿਤੀ ਵਿੱਚ ਲਿਬਰਲਾਂ ਦੇ ਸਮਾਜਿਕ ਪ੍ਰੋਗਰਾਮਾਂ ਦੇ ਭਵਿੱਖ 'ਤੇ ਸ਼ੰਕੇ ਪੈਦਾ ਹੋ ਰਹੇ ਨੇ। ਅੱਜ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਬਸ ਇੰਨਾ ਹੀ। ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ 'ਤੇ। ਸੂਰਜ ਗ੍ਰਹਿਣ ਲੱਗਣ ਤੋਂ ਬਾਅਦ ਲੋਕਾਂ ਦੀਆਂ ਅੱਖਾਂ ਦਾ ਹੋਇਆ ਵੱਡਾ ਨੁਕਸਾਨ। ਓਨਟਾਰੀਓ ਤੋਂ 115 ਤੋਂ ਵੱਧ ਮਾਮਲੇ ਆਏ ਸਾਹਮਣੇ। ਕੈਲਗਰੀ 'ਚ ਨੌਜਵਾਨ ਪੰਜਾਬੀ ਲੜਕੀ ਦਾ ਹੋਇਆ ਕਤਲ, ਮੁਲਜ਼ਮ ਦੀ ਭਾਲ ਦੇ ਵਿੱਚ ਡਿਊਟੀ ਕੈਲਗਰੀ ਪੁਲਿਸ। ਅਗਲੇ ਹਫ਼ਤੇ ਮੁੜ ਖੁੱਲ੍ਹੇਗੀ ਓਨਟਾਰੀਓ ਦੀ ਆਰਟ ਗੈਲਰੀ, ਹੜਤਾਲ ਤੋਂ ਬਾਅਦ ਦੁਬਾਰਾ ਖੁੱਲ੍ਹਣ ਜਾ ਰਹੀ ਹੈ ਆਰਟ ਗੈਲਰੀ। ਫੈਡਰਲ ਸਰਕਾਰ ਨੇ ਫਾਰਮਾਕੇਅਰ ਬਿੱਲ ਕੀਤਾ ਪੇਸ਼, ਕਵਰੇਜ ਕਰਨ ਲਈ $1.5 billion ਰੱਖੇ ਰਾਖਵੇਂ। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ, ਕੱਲ੍ਹ ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖ਼ਬਰਾਂ ਦੇ ਨਾਲ। ਧੰਨਵਾਦ।